ਸਾਡੇ ਨਾਲ ਸਾਡੇ ਸ਼ਹਿਰ ਦੇ ਸੁਰਿੰਦਰ ਫਰਿਸ਼ਤਾ ਜੀ ਨੇ ਉਹਨਾਂ ਨਾਲ ਗੱਲਬਾਤ ਕਰ ਲਈ। ਪਹਿਲਾਂ ਤਾਂ ਜੀ ਆਇਆਂ ਨੂੰ ਜੀ ਤੁਹਾਡਾ ਟੀ ਵੀ ਐਨ ਆਰ ਆਈ। ਥੈਂਕ ਯੂ ਜੀ, ਮਿਹਰਬਾਨੀ। ਟੀ ਵੀ ਐਨ ਆਰ ਆਈ ਦੇ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਿਹੜੀ ਸੁਰਿੰਦਰ ਫਰਿਸ਼ਤਾ ਔਰ ਫੁੱਲੇਸ਼ਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਨਮਸਤੇ, ਅਦਾਬ। ਔਰ ਅੱਜ ਬੜਾ ਹੀ ਅੱਛਾ ਲੱਗਿਆ ਜੀ ਇੱਥੇ ਆ ਕੇ। ਸਾਡੀ ਫਿਲਮ 3 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ, ਜਾਨ ਤੋਂ ਪਿਆਰਾ। ਬਹੁਤ ਵਧੀਆ ਫਿਲਮ ਹੈ ਜੀ ਔਰ ਪਰਿਵਾਰਿਕ ਫਿਲਮ ਹੈ। ਔਰ ਸਾਰੇ ਜੱਗ ਦੇਖੋ ਕਿਉਂਕਿ ਇਹਦੇ ਵਿੱਚ ਕਾਫੀ ਅੱਛੀ ਕਾਸਟ ਹੈ। ਇੰਦਰਜੀਤ ਨਿੱਕੂ ਹੈ, ਰਾਏ ਜੁਝਾਰ ਹੈ, ਮੰਗੀ ਮਾਲ ਹੈ। ਇਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਆਪੋਜਿਟ ਰੋਲ ਕੀਤਾ, ਬਹੁਤ ਵਧੀਆ ਅਦਾਕਾਰਾ ਹੈ, ਸਾਕਸ਼ੀ ਮੱਗੋ, ਇਸ ਤੋਂ ਬਾਅਦ ਯੁਵਲੀਨ ਔਰ ਸਵੀਨਾ ਮਲਿਕ। ਇਸ ਤੋਂ ਇਲਾਵਾ ਰਾਣਾ ਜਗ ਬਹਾਦਰ, ਸਰਦਾਰ ਸੋਹੀ, ਮੇਰੇ ਨਾਲ ਪੋਟੂ ਸ਼ਾਹ ਜੀ, ਸੰਦੀਪਜੀਤ ਪਤੀਲਾ, ਡਿਪਟੀ ਰਾਜਾ, ਔਰ ਮੇਰਾ ਵਿੱਚ ਫਨੀ ਰੋਲ ਹੈ, ਪ੍ਰੋਫੈਸਰ ਦਾ ਰੋਲ ਹੈ ਮੇਰੇ ਸਟੂਡੈਂਟ ਨੇ। ਇਹ ਫਿਲਮ ਵੇਖ ਕੇ ਤੁਹਾਨੂੰ ਪਤਾ ਲੱਗੇਗਾ 3 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਔਰ ਬਹੁਤ ਹੀ ਵਧੀਆ ਫਿਲਮ ਹੈ। ਔਰ ਡਾਇਰੈਕਟਰ ਨੇ ਬਹੁਤ ਹੀ ਵਧੀਆ ਕੰਮ ਲਿਆ ਕਲਾਕਾਰਾਂ ਕੋਲੋਂ, ਔਰ ਅੱਛਾ ਡਾਇਰੈਕਟਰ ਉਹ ਹੀ ਹੈ ਜਿਹੜਾ ਐਕਟਰ 'ਚੋਂ ਕਰੈਕਟਰ ਕੱਢਦਾ ਹੈ। ਔਰ ਉਹਨਾਂ ਨੇ ਵਾਕਈ ਕੰਸੈਪਟ ਬਹੁਤ ਵਧੀਆ ਔਰ ਸਕ੍ਰਿਪਟ ਦੇ ਮੁਤਾਬਕ ਕਲਾਕਾਰ ਕੋਲ ਕੰਮ ਲਿਆ ਔਰ ਟੀਮ ਵਰਕ ਬਹੁਤ ਵਧੀਆ ਬਣੀ ਹੈ। ਜਿਹੜੇ ਪ੍ਰੋਡਿਊਸਰ ਨੇ ਉਹਨੇ ਸਾਡੇ ਗਗਨਦੀਪ ਜੀ, ਗਗਨ ਇੰਦਰ ਜੀ, ਸੰਜੇ ਮਠਾਰੂ ਜੀ ਔਰ ਹਰਪ੍ਰੀਤ ਮਠਾਰੂ ਸਾਡੇ ਫਿਲਮ ਦੇ ਡਾਇਰੈਕਟਰ ਨੇ, ਔਰ ਬਾ ਕਮਾਲ ਕੰਮ ਕੀਤਾ ਜੀ ਸਾਰੇ ਕਲਾਕਾਰਾਂ ਨੇ। ਔਰ ਮੈਨੂੰ ਉਮੀਦ ਹੈ ਔਰ ਫਿਲਮ ਸੁਪਰ ਡੁਪਰ ਹੋਏਗੀ ਕਿਉਂਕਿ ਇੱਕ ਅਲੱਗ ਕੰਸੈਪਟ ਹੈ ਔਰ ਇਹ ਫਿਲਮ ਤੁਸੀਂ ਦੇਖੋਗੇ ਵਾਕਈ ਤੁਹਾਨੂੰ ਪਸੰਦ ਆਏਗੀ। ਬਹੁਤ ਬਹੁਤ ਮਿਹਰਬਾਨੀ ਭੱਲਾ ਜੀ ਤੁਸੀਂ। ਇਹ ਅਸੀਂ ਦਾ ਟੀ ਵੀ ਐਨ ਆਰ ਆਈ ਦੇ ਨਾਲ ਗੱਲਬਾਤ ਕੀਤੀ, ਜਾਨ ਤੋਂ ਪਿਆਰਾ ਫਿਲਮ ਦੀ ਸਟਾਰਟ ਨੇ ਜਿਹੜੀ 3 ਜਨਵਰੀ ਨੂੰ ਰਿਲੀਜ਼ ਹੋਈ ਹੈ। ਸਾਡੇ ਵੱਲੋਂ ਬਹੁਤ ਸਾਰੀਆਂ ਇਹਨਾਂ ਨੂੰ ਸ਼ੁਭਕਾਮਨਾਵਾਂ, ਫਿਲਮ ਹਿੱਟ ਜਾਵੇ। ਦਾ ਟੀ ਵੀ ਐਨ ਆਰ ਆਈ ਲਈ ਧਰਮਵੀਰ ਗਿੱਲ ਦੀ ਖਾਸ ਰਿਪੋਰਟ ਜੀ।